ਕਹ ਰਿਹਾ ਕਿ ਸਾਨੂੰ ਇੱਕ ਵਾਰੀ ਵੀਜ਼ਾ ਤਾਂ ਮਿਲੇ ਪਰ ਉਹ ਕੈਨੇਡਾ ਛੱਡ ਕੇ ਪੰਜਾਬ ਵਸ ਰਹੇ ਸੀਗੇ ਫਿਰ ਵੀ ਸਟਕ ਹੋ ਗਏ ਹਾਂ ਬਿਲਕੁਲ ਇਹ ਇੱਕ ਵਕਰੀ ਚੀਜ਼ ਦੇਖਣ ਨੂੰ ਮਿਲੀ ਹੈ ਸਰਕਾਰ ਦੁਆਰਾ ਬਟ ਚਲੋ ਅਸੀਂ ਤਾਂ ਆਪਣੇ ਦੇਸ਼ ਦੇ ਨਾਲ ਹੈ ਜੀ ਤੇ ਹਰ ਇੱਕ ਗੱਲ ਦੇ ਵਿੱਚ ਹਮੇਸ਼ਾ ਪੰਜਾਬੀਆਂ ਨੇ ਜਿਹੜਾ ਹੈਗਾ ਦੇਸ਼ ਦਾ ਸਾਥ ਦਿੱਤਾ ਹੈ ਪੇਪਰ ਨਿਊਜ਼ਪੇਪਰ 'ਚ ਪੜਿਆ ਕਿ ਉਹਨਾਂ ਨੇ ਵੀ ਜ਼ਿਕਰ ਕੀਤਾ ਹੈ ਕਿ ਇਹ ਜਿਹੜਾ ਹੈ ਮਸਲੇ ਨੂੰ ਭਾਰਤ ਨੂੰ ਆਪਸੀ ਤਾਲਮੇਲ ਬਿਠਾ ਕੇ ਜਲਦੋਂ ਜਲਦ ਹੈਗਾ ਜਿਹੜਾ ਹੱਲ ਕਰਨਾ ਚਾਹੀਦਾ ਹੈ ਜਿਹੜੇ ਸਟੱਡੀ ਵੀਜ਼ਾ ਦੇ ਖਾਸ ਕਰਕੇ ਮੈਂ ਗੱਲ ਕਰਨਾ ਚਾਹੂੰਗਾ ਜਿਹੜੇ ਸਟੂਡੈਂਟ ਬਾਹਰ ਗਏ ਨੇ ਕੈਨੇਡਾ ਦੇ ਵਿੱਚ ਤੁਹਾਨੂੰ ਆਣਾ ਚਾਹੀਦਾ ਹੈ ਵੈਡਿੰਗ ਸੀਜ਼ਨ ਦੇ ਵਿੱਚ ਫੈਸਟੀਵਲ ਸੀਜ਼ਨ ਦੇ ਵਿੱਚ ਦੇਖੋ ਜੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਜਿਹੜੇ ਵੀ ਲੋਕ ਆਣਾ ਚਾਹੁੰਦੇ ਜਿਨ੍ਹਾਂ ਕੋਲ ਵੀਜ਼ਾਸ ਹੈਗੇ ਨੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਕੋਈ ਰੋਕ ਨਹੀਂ ਹੈ ਆ ਚੁੱਕੇ ਜਿਹੜੇ ਜਿਨ੍ਹਾਂ ਦੇ ਵਾਈਫਸ ਪਾਸਪੋਰਟ ਕੈਨੇਡਾ ਦੇ ਵਿੱਚ ਗੱਲ ਕਰ ਰਹੇ ਨੇ ਬਾਕੀ ਫੈਮਿਲੀ ਚਲੋ ਉਧਰ ਹੀ ਹੈ ਉਹਨਾਂ ਨੇ ਪਰਮਾਨੈਂਟਲੀ ਹੁਣ ਇੱਥੇ ਇੰਡੀਆ ਹੀ ਆ ਜਾਣਾ ਸੀ ਜੋਨ ਨੂੰ ਤਾਂ ਛੱਡੇ ਛੱਡਿਆ ਤੇ ਪਲੱਸ ਜਾ ਕੇ ਐਕਸਪੈਂਸ ਤੋਂ ਉੱਥੋਂ ਦੇ ਕੋਈ ਪਈ ਜਾ ਰਹੇ ਨੇ ਖਰਚਾ ਪੈ ਰਿਹਾ ਹੋਈ ਇਹ ਰਾਤ ਠੀਕ ਹੈ ਕਿਉਂ ਲੈ ਇਹਨਾਂ ਨੇ ਸਾਡੀ ਦਾ ਸਮਝ ਤੋਂ ਬਾਹਰ ਹੈ ਸਹੀ ਜੇ ਨਹੀਂ ਜੀ ਜਿਹਾ ਹੋਣੀ ਹੈ ਇਹਨੇ ਮਹੀਨੇ ਤੋਂ ਟ੍ਰਾਈ ਕਰਦਾ ਦ ਫੈਕਟ ਨੂੰ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਜੈ ਵਰਮਾ ਭਾਰਤ ਤੇ ਕੈਨੇਡਾ ਵਿਚਕਾਰ ਵਿਵਾਦ ਵੱਦਾ ਵੱਦਾ ਇੰਨਾ ਵੱਧ ਗਿਆ ਕਿ ਉਹਦਾ ਅਸਰ ਹੁਣ ਪੰਜਾਬ ਦੇ ਵਿੱਚ ਵੀ ਇੰਡੀਆ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਤੇ ਨਾਲ ਜਿਹੜੇ ਐਨਆਰਆਈਸ ਬਾਹਰ ਰਹਿੰਦੇ ਨੇ ਜਿਨ੍ਹਾਂ ਦੀ ਫੈਮਿਲੀ ਪੰਜਾਬ ਦੇ ਵਿੱਚ ਹੈਗੀ ਹੈ ਇੰਡੀਆ ਦੇ ਵਿੱਚ ਹੋਰ ਕੋਈ ਸਟੇਟ ਦੇ ਵਿੱਚ ਹੈਗੀ ਹੈ ਉਹਨਾਂ ਤੇ ਕਾਫੀ ਅਸਰ ਪੈ ਰਿਹਾ ਹੈ ਇਮੀਗ੍ਰੇਸ਼ਨ ਐਕਸਪਰਟ ਹਰਪ੍ਰੀਤ ਜੀ ਸਾਡੇ ਨਾਲ ਹੈ ਸਾਰੀ ਗੱਲ ਜਾਣਾਂਗੇ ਕਿ ਆਖਰ ਕਿੰਨਾ ਕੁ ਪਰਬਾਤ ਜਿਹੜਾ ਹੈਗਾ ਸਟੂਡੈਂਟ ਵੀਜ਼ਾ ਤੇ ਨਾਲੇ ਟੂਰਿਸਟ ਵੀਜ਼ਾ ਤੇ ਪੈ ਰਿਹਾ ਹਰਪ੍ਰੀਤ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਧੰਨਵਾਦ ਜੀ ਵੇਰ ਜੀ ਦਾ ਖਾਲਸਾ ਵੇਰ ਜੀ ਦਾ ਹਰਪ੍ਰੀਤ ਜੀ ਆਖਰ ਪਰਬਾਤ ਤਾਂ ਕਾਫੀ ਪੈ ਰਿਹਾ ਹੈ ਅਗਰ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਵੀ ਕਾਫੀ ਲੋਕ ਨੇ ਜਿਹੜੇ ਐਨਆਰਆਈਸ ਬਾਹਰ ਰਹਿੰਦੇ ਨੇ ਜਿਨ੍ਹਾਂ ਦੇ ਘਰ ਵਿਆਹ ਹੈਗੇ ਸਗੇ ਭਾਈਪਣੇ ਇੱਧਰ ਰਹਿੰਦੇ ਆ ਜਾਂ ਮਾਂ ਪਿਓ ਇੱਧਰ ਰਹਿੰਦੇ ਆ ਵਿਆਹ ਹੈਗਾ ਆ ਕੋਈ ਵੱਡਾ ਹੋਰ ਕੋਈ ਇਨਸੀਡੈਂਸ ਹੋ ਜਾਂਦਾ ਹੈ ਪੰਜਾਬ ਦੇ ਵਿੱਚ ਆਖਰ ਉਹ ਬਾਰ ਫਸੇ ਹੋਏ ਨੇ ਜਿਹੜੇ ਇੱਧਰ ਨੇ ਜਿਨ੍ਹਾਂ ਦੀ ਫੈਮਿਲੀ ਕੈਨੇਡਾ ਦੇ ਵਿੱਚ ਹੈਗੀ ਆ ਉਹ ਵੀ ਕਾਫੀ ਹੁਣ ਸੋਚ ਰਹੇ ਨੇ ਕਿ ਆਖਰ ਕਰੀਏ ਕੀ ਕਿਸ ਤਰ੍ਹਾਂ ਦੇ ਨਾਲ ਜਾਇਆ ਜਾ ਸਕਦਾ ਐਨਆਰਆਈਸ ਪੰਜਾਬ ਦੇ ਵਿੱਚ ਆਣਾ ਤਾਂ ਚਾਹੁੰਦੇ ਨੇ ਪਰ ਡਰਦੇ ਨੇ ਕਿ ਅਗਰ ਆ ਜੀਏ ਫਿਰ ਵੀਜ਼ਾ ਲੱਗੂਗਾ ਕਿ ਨਹੀਂ ਲੱਗੂਗਾ ਕਿੰਨੀ ਕੁ ਧੀਰ ਹੋ ਜੂਗੀ ਆਖਰ ਇਦੇ ਪਿੱਛੇ ਕਾਰਨ ਕੀ ਹੈਗਾ ਕਿਉਂਕਿ ਵਿਵਾਦ ਤਾਂ ਲਗਾਤਾਰ ਵਧ ਰਹੇ। ਦੇਖੋ ਜੀ ਜਿਹੜਾ ਕੈਨੇਡਾ ਤੇ ਭਾਰਤ ਦਾ ਰਿਸ਼ਤਾ ਹੈ ਉਹ ਇੱਕ ਬਹੁਤ ਵਧੀਆ ਆਪਾਂ ਤਾਂ ਜਦੋਂ ਦੇ ਪੈਦਾ ਹੋਏ ਤਾਂ ਇਹੀ ਦੇਖਿਆ ਕਿ ਇੱਕ ਬਹੁਤ ਅੱਛਾ ਰਿਹਾ ਸਾਡੇ ਜਿਹੜਾ ਪ੍ਰਵਾਸ ਆ ਉਹ ਬਹੁਤ ਪੁਰਾਣਾ ਹੈ ਤੇ ਸਾਡੀਆਂ ਤੀਜੀਆਂ ਤੀਜੀਆਂ ਪੀੜ੍ਹੀਆਂ ਨੇ ਜਿਹੜੀਆਂ ਕੈਨੇਡਾ ਦੇ ਵਿੱਚ ਵਸਦੀਆਂ ਕੁਦਰਤੀ ਗੱਲ ਆ ਉਹਨਾਂ ਦੇ ਸਕੇ ਸੰਬੰਧੀ ਰਿਸ਼ਤੇਦਾਰ ਜ਼ਿਆਦਾ ਤਾਂ ਉਹਨਾਂ ਦੀਆਂ ਭਾਰਤ ਦੇ ਵਿੱਚ ਪੰਜਾਬ ਵਿੱਚ ਹੈਗੀਆਂ। ਸਾਰੇ ਦੇਸ਼ ਵਿੱਚੋਂ ਲੋਕ ਜਾਣਦੇ ਆ ਬਟ ਆਪਾਂ ਇਹ ਕਹਿ ਲਈਏ ਕਿ ਪੰਜਾਬ ਇੱਕ ਬਹੁਤ ਵੱਡਾ ਇਹੋ ਜਿਹਾ ਖੇਤਾਂ ਹੈਗਾ ਜਿੱਥੋਂ ਬਹੁਤ ਜ਼ਿਆਦਾ ਵੱਡੀ ਪੋਪੂਲੇਸ਼ਨ ਹੈ ਜਿਹੜੀ ਬਾਰ ਸੈਟਲਡ ਹੈ ਤਾਂ ਕੁਦਰਤੀ ਗੱਲ ਹੈ ਜੀ ਅਗਰ ਕੋਈ ਰਿਲੇਸ਼ਨ ਭਾਰਤ ਦੇ ਉਹਦੇ ਪਿੱਛੇ ਕਾਰਨ ਕੋਈ ਵੀ ਹੋ ਸਕਦੇ ਨੇ ਕਿਉਂਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਹਰਦੀਪ ਦੀ ਨਿਜਰ ਨੂੰ ਦੀ ਜਿਹੜੀ ਉੱਥੇ ਸ਼ਹਾਦਤ ਹੋਈ ਹੈ ਉਹਨੂੰ ਲੈ ਕੇ ਬਹੁਤ ਵੱਡੇ ਇਹ ਵਿਵਾਦ ਜਿਹੜਾ ਸਾਡੇ ਦੇਸ਼ ਦਾ ਕੈਨੇਡਾ ਨਾਲ ਹੋਇਆ ਤੇ ਬਟ ਸਰਕਾਰ ਦੀਆਂ ਜਿਹੜੀਆਂ ਅੰਦਰ ਗੱਲਾਂ ਬਾਤਾਂ ਤਾਂ ਸਰਕਾਰਾਂ ਹੀ ਦੱਸ ਸਕਦੀਆਂ ਬਟ ਸਾਡਾ ਜਿਹੜਾ ਪੰਜਾਬ ਦੇ ਲੋਕਾਂ ਦਾ ਜਿਹੜਾ ਐਜ ਐਕਸਪਰਟ ਹੋਣ ਦੇ ਨਾਤੇ ਜੋ ਅਸੀਂ ਦੇਖ ਰਹੇ ਹਾਂ ਕਿ ਬਹੁਤ ਵੱਡੇ ਜਿਹੜੇ ਇਹਦੇ ਜਿਹੜੇ ਪੰਜਾਬ ਨੂੰ ਨੁਕਸਾਨ ਹੋ ਰਹੇ ਨੇ ਕਿਉਂਕਿ ਜਦੋਂ ਕਿਸੇ ਦੇ ਘਰ ਦੇ ਵਿੱਚ ਵਿਆਹ ਸ਼ਾਦੀ ਕੋਈ ਦੁੱਖ ਸੁੱਖ ਹੁੰਦਾ ਹੈ ਤਾਂ ਕੁਦਰਤੀ ਗੱਲ ਹੈ ਕਿ ਉਹਦਾ ਹੱਕ ਹੈ ਕਿ ਉਹ ਆਪਣੇ ਘਰ ਵਾਲਿਆਂ ਨੂੰ ਮਿਲੇ ਤੁਹਾਨੂੰ ਤਾਂ ਫੋਨ ਵੀ ਕਈ ਆ ਰਹੇ ਹੋਣੇ ਆ ਕਈ ਲੋਕਾਂ ਨੇ ਇਹ ਵੀ ਦੱਸਿਆ ਹੋਣਾ ਕਿ ਯਾ ਅਸੀਂ ਕੈਨੇਡਾ ਜਾਣਾ ਹੈ ਕੈਨੇਡਾ ਤੋਂ ਇੰਡੀਆ ਆਣਾ ਕਿ ਸਾਰੀਆਂ ਚੀਜ਼ਾਂ ਪੋਸੀਬਲ ਹੋ ਸਕਦੀਆਂ ਨੇ ਕੋਈ ਕੇਸ ਆਇਆ ਤੁਹਾਡੇ ਸੰਭ ਦੇਖੋ ਇਹ ਇੱਕ ਕੇਸ ਦੀ ਗੱਲ ਨਹੀਂ ਹੈ ਮੈਂ ਕਹਿੰਨਾ ਹਰੇਕ ਪੰਜਾਬੀ ਨੂੰ ਕਿਸੇ ਨਾ ਕਿਸੇ ਸਕੇ ਸੰਬੰਧੀ ਦਾ ਇਹ ਫੋਨ ਜਰੂਰ ਆਇਆ ਹੋਊਗਾ ਕਿ ਬਾਹਰ ਜਿਹੜਾ ਕੈਨੇਡਾ ਹੁਣ ਜਾ ਸਕਦੇ ਆ ਕਿ ਨਹੀਂ ਜਾ ਸਕਦੇ ਕਿਹੜੇ ਵੀਜ਼ਾ ਜ਼ਬੰਦ ਨੇ ਕਿਹੜੇ ਖੁੱਲੇ ਹੋਏ ਨੇ ਕੀ ਭਾਰਤ ਵੱਲੋਂ ਵੀਜ਼ਾ ਬੰਦ ਕੀਤੇ ਨੇ ਕਿ ਕੈਨੇਡਾ ਵੱਲੋਂ ਵੀ ਕਰ ਦਿੱਤੇ ਗਏ ਨੇ ਬਟ ਉਹਦੇ ਚ ਮੇਰੀ ਤਾਂ ਹਰੇਕ ਨੂੰ ਇਹੀ ਹੁੰਦੀ ਹੈ ਕਿ ਇਹ ਕੋਈ ਛਪਾਉਣ ਵਾਲੀ ਗੱਲ ਨਹੀਂ ਕਿ ਭਾਰਤ ਵੱਲੋਂ ਹੀ ਸਿਰਫ ਵੀਜ਼ਾ ਜ਼ਬੰਦ ਕੀਤੇ ਨੇ ਕੈਨੇਡੀਅਨ ਸਿਟੀਜ਼ਨ ਲਈ ਤੇ ਕੈਨੇਡਾ ਵੱਲੋਂ ਜਿਹੜੇ ਨੇ ਵੀਜ਼ਾ ਨਿਰੰਤਰ ਜਿਹੜੇ ਹੈਗੇ ਨੇ ਦਿੱਤੇ ਜਾ ਰਹੇ ਨੇ ਉਹਦੇ ਵਿੱਚ ਕੋਈ ਪੈਨਿਕ ਹੋਣ ਦੀ ਗੱਲ ਨਹੀਂ ਹੈ ਤੇ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ 'ਚ ਜਿਹੜੇ ਹਾਲਾਤ ਵੀ ਇਹ ਸੁਧਰਨੇ ਚਾਹੀਦੇ ਆ ਤੁਹਾਡੇ ਕੋਲ ਕੋਈ ਕੇਸ ਆਇਆ ਆ ਆਪਾਂ ਗੱਲ ਕਰ ਸਕਦੇ ਹਾਂ ਉਹਨਾਂ ਨਾਲ ਦੇਖੋ ਕੋਈ ਕੇਸ ਤਾਂ ਨਹੀਂ ਮੈਂ ਉਹਨਾਂ ਨੂੰ ਕਹਿ ਸਕਦਾ ਉਹ ਮੇਰਾ ਇੱਕ ਨਿੱਜੀ ਦੋਸਤ ਹੈ ਉਹਨਾਂ ਦੇ ਪਿਛਲੇ 2 ਸਾਲ ਪਹਿਲਾਂ 1.5 ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਉਹਨਾਂ ਦੇ ਵਾਈਫ ਕੈਨੇਡਾ ਰਹਿੰਦੇ ਨੇ ਤੇ ਉਹ ਉਹਨਾਂ ਨੇ ਉੱਥੇ ਆਪਦਾ ਜੋ ਲੜਕਾ ਇੱਥੇ ਘਰੋਂ ਸੈਟਲਡ ਹੈ ਅੱਛਾ ਕਾਰੋਬਾਰ ਹੈ ਉਹਨਾਂ ਦਾ ਤੇ ਉਹ ਨਹੀਂ ਸੀ ਚਾਹੁੰਦੇ ਕਿ ਆਪਾਂ ਕੈਨੇਡਾ ਰਹੀਏ ਚਲੋ ਜਾਣਾ ਆਉਣਾ ਤਾਂ ਉਹ ਲੱਗਿਆ ਰਹਿੰਦਾ ਕੋਈ ਗੱਲ ਨਹੀਂ ਹੈ ਤੇ ਉਹ ਕਹਿੰਦਾ ਸੀ ਕਿ ਮੈਂ ਮੇਰੇ ਵਾਈਫ ਚਾਹੁੰਦੇ ਆ ਕਿ ਮੈਂ ਵੀ ਇੱਥੇ ਆਪਦੇ ਭਾਰਤ ਦੇਸ਼ ਵਿੱਚ ਤੇ ਪੰਜਾਬ ਵਿੱਚ ਰਹਾ ਤੇ ਉਹ ਉਧਰ ਗਏ ਸੀ ਆਪਣਾ ਵਾਈਂਡ ਅਪ ਕਰਨ ਲਈ ਘਰ ਦਾ ਜੋ ਵੀ ਉਹਨਾਂ ਦੀ ਉੱਥੇ ਜੋਬ ਡਿਊਟੀਆਂ ਸੀਗੀਆਂ ਆਹ ਜਾਂ ਜੋ ਵੀ ਚੀਜ਼ ਉਹਨਾਂ ਨੂੰ ਚਾਹੀਦੀ ਜਾਂ ਨਹੀਂ ਚਾਹੀਦੀ ਉਹਨਾਂ ਸੀ ਮੈਂ ਉਹਨਾਂ ਨੂੰ ਸਮੇਟ ਕੇ ਆਵਾਂ ਬਟ ਉਹ ਸੱਡਨਲੀ ਇਹ ਜਿਹੜੀਆਂ ਰੋਕ ਲੱਗੀ ਵੀਜ਼ਾਸ ਤੇ ਉਹ ਉੱਥੇ ਸਟਕ ਹੋ ਗਏ ਤਾਂ ਉਹ ਮੇਰਾ ਦੋਸਤ ਉਹ ਮੇਰੇ ਨਾਲ ਹੀ ਰਹਿੰਦਾ ਹੈ ਜੀ ਤੋ ਅਕਸਰ ਇਹ ਗੱਲਾਂ ਕਰਦਾ ਜੀ ਵੀ ਉਹ ਵਾਈਫ ਨੇ ਆਉਣਾ ਸੀ ਜੀ ਉਹ ਹੁਣ ਮੈਂ ਪੁੱਛਦਾ ਹਾਂ ਨਾ ਕਿ ਉਹ ਕਿਉਂ ਨਹੀਂ ਆ ਰਹੇ ਉਹ ਕਹਿੰਦਾ ਜੀ ਆਸ ਕਰਕੇ ਨਹੀਂ ਆ ਰਹੇ ਤੋ ਮੇਰੀ ਅਕਸਰ ਗੱਲ ਹੁੰਦੀ ਹੈ ਤੇ ਇਹ ਇਹ ਮੇਰੇ ਹਿਸਾਬ ਨਾਲ ਤਾਂ ਕਰ ਕਰਦੀ ਕਹਾਣੀ ਹੈ ਨਾਲ ਨਾਲ ਪਾਜੀ ਕਿੰਨਾ ਕੁ ਪ੍ਰਭਾਵ ਪੈ ਰਿਹਾ ਕਿਉਂਕਿ ਖਬਰਾਂ ਇਹ ਵੀ ਆ ਰਹੀਆਂ ਸੀ ਕਿ ਕਹਿੰਦੇ ਕਿ ਚੰਡੀਗੜ੍ਹ ਐਮਬੈਸੀ ਜਿਹੜੀ ਐ ਠੱਪ ਪਈ ਐ ਆਕਰ ਸਟੂਡੈਂਟ ਵੀਜ਼ਾ ਸਟੂਡੈਂਟ ਜਿਹੜੇ ਨੇ ਆਇਲਸ ਕਰਕੇ ਬੈਠੇ ਹੋਏ ਨੇ ਕਿਹਾ ਜਾ ਰਿਹਾ ਕਿ ਆਇਲਸ ਵੀ ਉਹਨਾਂ ਦੀ ਐਕਸਪਾਇਰ ਹੋਈ ਜਾ ਰਹੀ ਹੈ ਜਿਨ੍ਹਾਂ ਨੇ ਟੂਰਿਸਟ ਵੀਜ਼ਾ ਲਗਾਏ ਸੀਗੇ ਉਹ ਵੀ ਆਖਰ ਹੁਣ ਸੋਚਣ ਤੇ ਮਜਬੂ ਦੇਖੋ ਜੀ ਆਪਣਾ ਪੰਜਾਬ ਦਾ ਬਹੁਤ ਜ਼ਿਆਦਾ ਯੂਥ ਹੈ ਜਿਹੜਾ ਬਾਹਰ ਫੋਰਨ ਨੂੰ ਸਟੂਡੈਂਟ ਵੀਜ਼ਾ ਤੇ ਜਾ ਰਿਹਾ ਹੈ ਤੇ ਬਹੁਤ ਸਾਰੇ ਲੋਕ ਹੈ ਜਿਨ੍ਹਾਂ ਦੇ ਬੱਚੇ ਬਾਹਰ ਪਹਿਲਾਂ ਗਏ ਹੋਏ ਆ ਉਹਨਾਂ ਨੇ ਟੂਰਿਸਟ ਵੀਜ਼ਾ ਤੇ ਜਾਣਾ ਹੁੰਦਾ ਹੈ ਇਹਦੇ ਨਾਲ ਜਿਹੜਾ ਹੈਗਾ ਐਮਬੈਸੀਜ਼ ਬੰਦ ਨਹੀਂ ਹੋਈਆਂ ਚੰਡੀਗੜ੍ਹ ਐਮਬੈਸੀ ਜ਼ਰੂਰ ਬੰਦ ਹੋਈ ਹੈ ਬਟ ਜਿਹੜਾ ਉਹਨਾਂ ਦਾ ਐਪਲੀਕੇਸ਼ਨਸ ਨੇ ਉਹ ਇੰਟਰਟੇਨ ਕਰ ਰਹੇ ਨੇ ਉਹਨਾਂ ਦੇ ਵੀਜ਼ਾਸ ਆ ਰਹੇ ਨੇ ਉਹਦੇ ਵਿੱਚ ਕੋਈ ਜ਼ਿਆਦਾ ਪੈਨਿਕ ਹੋਣ ਦੀ ਲੋੜ ਨਹੀਂ ਕੈਨੇਡਾ ਵੱਲੋਂ ਜਿਹੜਾ ਹੈਗਾ ਉਹ ਕੋਈ ਵੀ ਜਿਹੜਾ ਵੀਜ਼ਾ ਹੈ ਉਹ ਬੰਦ ਨਹੀਂ ਕੀਤਾ ਗਿਆ ਸਸਪੈਂਡ ਨਹੀਂ ਕੀਤਾ ਗਿਆ ਇਹਦੇ ਵਿੱਚ ਕੋਈ ਦੋ ਰਾਇ ਨਹੀਂ ਹੈ ਕਿ ਜੇ ਕੋਈ ਘਰਾਂ ਦੇ ਵਿੱਚ ਲੋਕ ਬੈਠੇ ਹੈ ਤਾਂ ਉਹ ਇਹ ਜ਼ਰੂਰ ਸੋਚਦੇ ਹੈ ਕਿ ਇਹਦੇ ਤੇ ਕੋਈ ਸਾਡੇ ਵੀਜ਼ਾ ਤੇ ਪ੍ਰਭਾਵ ਨਾ ਪੈ ਜੇ ਪਤਾ ਨਹੀਂ ਉਹ ਵੀਜ਼ਾ ਅੰਬੈਸੀ ਦੇएगी ਨਹੀਂ ਦੇਗੀ ਜਾਂ ਕਿਤੇ ਡਿਲੇ ਨਾ ਹੋ ਜੇ ਇਹ ਜਿਹੜੀਆਂ ਚੀਜ਼ਾਂ ਨੇ ਇੱਕ ਜ਼ਰੂਰ ਇੱਕ ਸੋਚਣ ਦਾ ਵਿਸ਼ਾ ਹੈਗਾ ਪਰ ਜਿੱਦਾਂ ਕਿ ਕੈਨੇਡਾ ਅੰਬੈਸੀ ਦੀ ਗੱਲ ਕਰੀਏ ਕੈਨੇਡਾ ਅੰਬੈਸੀ ਕਿਹਾ ਜਾ ਰਹੀ ਹੈ ਸੀਗਾ ਕਿ ਚੰਡੀਗੜ੍ਹ ਦੇ ਵਿੱਚ ਉਹ ਕਹਦੇ ਕਿ ਸੈਕੰਡ ਪਾਰਟੀ ਹੁੰਦੀ ਆ ਥਰਡ ਪਾਰਟੀ ਹੁੰਦੀ ਆ ਲਾਂਟੇ ਦੇ ਵਿੱਚ ਉਹਨਾਂ ਦਾ ਦਫ਼ਤਰ ਹੈਗਾ ਚੰਡੀਗੜ੍ਹ ਦੇ ਵਿੱਚ ਕੈਨੇਡਾ ਦੀ ਐਮਬੈਸੀ ਵੀ ਹੈਗੀ ਹਾਂਜੀ ਹਾਂਜੀ ਬਿਲਕੁਲ ਹੈਗੀ ਹੈ ਜੀ ਉਹਨਾਂ ਦੇ ਇੱਥੇ ਡਿਪਲੋਮੈਟਸ ਬੈਠਦੇ ਆ ਜਿਹੜੇ ਕਿ ਹੁਣ ਵਾਪਸ ਬੁਲਾਏ ਗਏ ਆ ਬਸ ਬੁਲਾ ਲਿੱਤੇ ਗਏ ਹਾਂਜੀ ਹਾਂਜੀ ਬਿਲਕੁਲ ਵਾਪਸ ਬੁਲਾ ਲਿੱਤੇ ਗਏ ਆ ਜੀ ਤਾਂ ਉਹ ਤੁਹਾਨੂੰ ਪਤਾ ਹੈ ਕਿ ਇਸ ਟਾਈਮ ਜਿਹੜੇ ਸਾਡੇ ਹਾਲਾਤ ਆ ਕੈਨੇਡਾ ਨਾਲ ਕੋਈ ਸਖਾਵੇ ਨਹੀਂ ਹੈ ਤਾਂ ਉਹਦੇ ਪਿੱਛੇ ਰੀਜ਼ਨ ਆ ਹੀ ਹੈ ਜੀ ਪਰ ਜਿਹੜੀ ਆਨਲਾਈਨ ਐਪਲੀਕੇਸ਼ਨਸ ਨੇ ਟੂਰਿਸਟ ਵੀਜ਼ਾ ਨੂੰ ਲੈ ਕੇ ਉਹ ਤਾਂ ਕਹਿ ਰਿਹਾ ਕਿ ਪ੍ਰੋਸੈਸ ਕੀਤੀਆਂ ਬਟ ਇਹ ਹੈ ਕਿ ਇਹ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਜੇਕਰ ਐਂਬੈਸੀਸ ਬੰਦ ਹੁੰਦੀਆਂ ਰਹੀਆਂ ਤਾਂ ਉਹਦੇ ਵਿੱਚ ਦੇਰੀ ਹੋ ਸਕਦੀ ਹੈ ਕਿਉਂਕਿ ਆਫਟਰ 올 ਮੈਨ ਪਾਵਰ ਨੇ ਕੰਮ ਕਰਨਾ ਹੈ ਅਗਰ ਮੈਨ ਪਾਵਰ ਘਟੇਗੀ ਤਾਂ ਜਿਹੜੇ ਐਪਲੀਕੇਸ਼ਨ ਨੂੰ ਸਮਾਂ ਲੱਗ ਸਕਦਾ ਪਰ ਲੱਗਦਾ ਨਹੀਂ ਕਿ ਹਰ ਸਾਲ ਸਟੂਡੈਂਟ ਵੀਜ਼ਾ ਕਰਕੇ ਕੈਨੇਡਾ ਨੂੰ ਇੱਕ ਰੈਵਨਿਊ ਬੜਾ ਤਕੜਾ ਮਿਲਦਾ ਜਿਸ ਕਰਕੇ ਕਹ ਰਿਹਾ ਕਿ ਅਗਰ ਕੈਨੇਡਾ ਦਾ ਵਿੱਚ ਇੰਡੀਅਨ ਸਟੂਡੈਂਟ ਨਹੀਂ ਜਾਂਦਾ ਤਾਂ ਕਹ ਰਿਹਾ ਕਿ ਕੈਨੇਡਾ ਨੂੰ ਵੀ ਬਹੁਤ ਘਾਟਾ ਹੋ ਸਕਦਾ ਦੇਖੋ ਜਿਹੜਾ ਪੰਜਾਬ ਦੇ ਵਿੱਚੋਂ ਸਟੂਡੈਂਟ ਜਾਂਦਾ ਉਹ ਇਕੱਲਾ ਸਟੂਡੈਂਟ ਨਹੀਂ ਜਾਂਦਾ ਉਹ ਬਹੁਤ ਵੱਡਾ ਪੈਸਾ ਲੈ ਕੇ ਜਾਂਦਾ ਹੈ ਤੇ ਬਾਅਦ ਵਿੱਚ ਫੀਸਾਂ ਦੇ ਰੂਪ ਦੇ ਵਿੱਚ ਭਾਰਤ ਤੋਂ ਮੰਗਾਉਂਦਾ ਆਪਣੇ ਦੇਸ਼ ਤੋਂ ਉਹਦੇ ਨਾਲ ਉਹਨਾਂ ਦੀ ਇਕਨੋਮੀ ਦੇ ਵਿੱਚ ਬਹੁਤ ਵੱਡਾ ਹਿੱਸਾ ਹੈ ਇਹਦੇ ਵਿੱਚ ਕੋਈ ਦੋ ਰਏ ਨਹੀਂ ਹੈ ਉਹਦੇ ਨਾਲ ਜਿਹੜੇ ਹੈਗੇ ਆ ਉਹਨਾਂ ਤੇ ਵੀ ਪ੍ਰਭਾਵ ਪੈਣਗੇ ਤਾਂ ਕੁਦਰਤੀ ਗੱਲ ਹੈ ਕੈਨੇਡਾ ਦੇ ਬਹੁਤ ਸਾਰੇ ਸਾਡੇ ਜਿਹੜੀਆਂ ਕੋਈ ਇੰਪੋਰਟ ਐਕਸਪੋਰਟ ਹੈ ਜਾਂ ਹੋਰ ਕਈ ਤਰ੍ਹਾਂ ਦੀਆਂ ਸਾਡੀਆਂ ਉਹਨਾਂ ਨਾਲ ਸਾਂਝਾ ਹੈਗੀਆਂ ਉਹਨਾਂ ਤੇ ਜ਼ਰੂਰ ਪ੍ਰਭਾਵ ਪਿਆ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਤੇ ਸਿੱਧੇ ਰੂਪ ਵਿੱਚ ਕਿਤੇ ਅਸਿੱਧੇ ਰੂਪ ਦੇ ਵਿੱਚ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਅਗਰ ਭਾਰਤ ਦਾ ਉਹਨਾਂ ਨਾਲ ਸਬੰਧ ਜਿਹੜੇ ਵਿਗੜੇ ਹੋਏ ਨੇ ਤੇ ਇਹਨਾਂ ਦਾ ਕੋਈ ਸਾਡੇ ਦੇਸ਼ ਨੂੰ ਜਾਂ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਹੋ ਨੁਕਸਾਨ ਰਿਹਾ ਉਹ ਅਗਰ ਮਾਪੀਏ ਤਾਂ ਕਿਸੇ ਨੂੰ ਵੱਧ ਹੋ ਸਕਦਾ ਕਿਸੇ ਨੂੰ ਥੋੜਾ ਘੱਟ ਹੋ ਸਕਦਾ ਬਟ ਇਹਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ ਸਭ ਤੋਂ ਵੱਡਾ ਨੁਕਸਾਨ ਜਿਵੇਂ ਕਿ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਰਿਸ਼ਤਿਆਂ ਨੂੰ ਲੈ ਕੇ ਹੈ ਸਾਡੀ ਜਿਹੜੀ ਸਾਂਝ ਹੈ ਕਿਤੇ ਨਾ ਕਿਤੇ ਉਹ ਕੈਨੇਡਾ 'ਚ ਵੀ ਹੈਗੀ ਅਤੇ ਕੈਨੇਡਾ ਵਾਲਿਆਂ ਦੀ ਪੰਜਾਬ 'ਚ ਹੈਗੀ ਹੈ ਪਰ ਕਿਹਾ ਜਾਂਦਾ ਹੈ ਕੈਨੇਡਾ ਨੂੰ ਕਿਹਾ ਜਾਂਦਾ ਹੈ ਕਿ ਮਿੰਨੀ ਪੰਜਾਬੀ ਹੈਗਾ ਕਿਉਂਕਿ ਪੰਜਾਬੀ ਬਹੁਤ ਵੱਸਦੇ ਆ ਲੱਗਦਾ ਨਹੀਂ ਕਿ ਪੰਜਾਬੀ ਚਲੋ ਉੱਧਰ ਤਾਂ ਗਏ ਆ ਪਰ ਆਪਣੀ ਮਿੱਟੀ ਨਾਲ ਵੀ ਜੁੜੇ ਹੋਏ ਆ ਉਹਨਾਂ ਨੇ ਹਰ ਸਾਲ ਆਣਾ ਹੁੰਦਾ ਇਹ ਸੀਜ਼ਨ ਹੁੰਦਾ ਹੈ ਕਿ ਜਿਹਦੇ ਵਿੱਚ ਕਹਿੰਦੇ ਕਿ ਆਪਾਂ ਛੁੱਟੀਆਂ ਕਿਉਂਕਿ ਉੱਧਰ ਬਰਫ਼ ਕਾਫੀ ਪੈ ਜਾਂਦੀ ਹੈ ਕਹਿੰਦੇ ਕਿ ਆਪਾਂ ਪੰਜਾਬ ਚੱਲਦੇ ਇੱਕ ਦੋ ਮਹੀਨੇ ਦੀ ਛੁੱਟੀ ਵੀ ਮਿਲ ਜਾਂਦੀ ਹੁੰਦੀ ਹੈ ਪਰ ਲੱਗਦਾ ਨਹੀਂ ਕਿ ਉਹਨਾਂ ਨੂੰ ਵੀ ਕਾਫੀ ਔਖਾ ਹੋ ਜਾਣਾ ਦੇਖੋ ਜੀ ਮੈਂ ਬਿਲਕੁਲ ਤੁਸੀਂ ਠੀਕ ਗੱਲ ਕੀਤੀ ਹੈ ਇਹਦੇ ਨਾਲ ਜਰੂਰ ਮੈਂ ਕਹਿ ਰਿਹਾ ਕਿ ਸਾਡੇ ਜਿਹੜੇ ਵੀ ਉੱਥੇ ਕੋਈ ਸਕੇ ਸੰਬੰਧੀ ਬੈਠੇ ਹੈ ਜਾਂ ਉਹਨਾਂ ਦੇ ਇੱਧਰ ਬੈਠੇ ਤਾਂ ਉਹਨਾਂ ਨੂੰ ਫਰਕ ਤਾਂ ਪੈ ਰਿਹਾ ਹੈ ਬਟ ਮੈਨੂੰ ਕਦੇ-ਕਦੇ ਇਹ ਵੀ ਲੱਗਦਾ ਹੁੰਦਾ ਕਿ ਜਿਵੇਂ ਸਾਡੇ ਕੈਨੇਡਾ ਨਾਲ ਰਿਸ਼ਤੇ ਉਹ ਤਾਂ ਉਦਾਂ ਹੀ ਆ ਜਿਵੇਂ ਸਾਡੇ ਕਿਸੇ ਨਾਲ ਦੇ ਪਿੰਡ 'ਚ ਹੁੰਦੇ ਆ ਜਾਂ ਸਾਡੇ ਕਿਸੇ ਨਾਲ ਦੀ ਸਟੇਟ 'ਚ ਹੁੰਦੇ ਆ ਕਿ ਅਸੀਂ ਹਰਿਆਣੇ ਚੱਲੇ ਆ ਹਰਿਆਣੇ ਵਾਲਿਆਂ ਕਹਿੰਦੇ ਪੰਜਾਬ ਚੱਲੇ ਆ ਉਦਾਂ ਹੀ ਸਾਡਾ ਇੱਕ ਕੈਨੇਡਾ ਨਾਲ ਰਿਸ਼ਤਾ ਹੈ ਪੰਜਾਬੀਆਂ ਦਾ ਪੰਜਾਬ ਵਾਲੇ ਲੋਕ ਹਮੇਸ਼ਾ ਕੈਨੇਡਾ ਦੀਆਂ ਜਿਹੜੀਆਂ ਹੈਗੀਆਂ ਕਹਾਣੀਆਂ ਸੁਣਾਉਂਦੇ ਰਹਿੰਦੇ ਆ ਤੇ ਉਹ ਆਪਣੀਆਂ ਸੁਣਾਉਂਦੇ ਰਹਿੰਦੇ ਆ ਪੰਜਾਬ ਦੀਆਂ ਸਾਡਾ ਜਿਹੜਾ ਜਿਹੜਾ ਰਿਸ਼ਤਾ ਬਹੁਤ ਗੂੜਾ ਤੇ ਬਹੁਤ ਨਿੱਘਾ ਰਿਸ਼ਤਾ ਹੈ ਤੇ ਜਿਹੜਾ ਸਰਕਾਰਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਤੇ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰ ਕਿ ਜਿਹੜੇ ਹੈਗੇ ਨੇ ਵੀਜ਼ੇ ਇਮੀਡੀਏਟ ਖੋਲਣੇ ਚਾਹੀਦੇ ਆ ਤਾਂ ਜੋ ਜਿਹੜੇ ਹੈਗੇ ਸਾਡੇ ਰਿਸ਼ਤੇ ਜਿਵੇਂ ਉਦਾਂ ਹੀ ਬਰਕਰਾਰ ਰਹਿਣ ਫੈਸਟੀਵਲ ਸੀਜ਼ਨ ਚੱਲ ਰਿਹਾ ਵੈਡਿੰਗ ਸੀਜ਼ਨ ਸ਼ੁਰੂ ਹੋਣ ਵਾਲਾ ਤੇ ਕੀ ਲੱਗਦਾ ਕਿ ਆਖਰ ਜਿਹੜੇ ਲੋਕੀ ਸਟੂਡੈਂਟ ਵੀਜ਼ਾ ਤੇ ਬਾਹਰ ਗਏ ਆ ਉਹ ਡਰਦੇ ਨੇ ਕਿ ਆਖਰ ਜਿੱਦਾਂ ਕਰੋਨਾ ਟਾਈਮ ਦੇ ਵਿੱਚ ਸਟਕ ਹੋ ਗਏ ਸੀਗੇ ਕਿ ਅਸੀਂ ਸਟਕ ਨਾ ਹੋ ਜਾਈਏ ਕਿਉਂਕਿ ਜਿਹੜੀਆਂ ਗੱਲਾਂ ਤੁਸੀਂ ਵੀ ਕਹੀਆਂ ਕਿ ਜਿਹੜੀਆਂ ਗੱਲਾਂ ਅਖਬਾਰ ਦੇ ਵਿੱਚ ਆਈਆਂ ਜਾਂ ਫਿਰ ਜਿਹੜੀ ਮੀਡੀਆ ਤੇ ਆਹੀ ਗੱਲਾਂ ਆਈਆਂ ਵਿੱਚ ਦੀਆਂ ਗੱਲਾਂ ਤੁਹਾਨੂੰ ਵੀ ਨਹੀਂ ਪਤਾ ਪਰ ਉਹ ਡਾਊਟ ਦੇ ਵਿੱਚ ਨੇ ਇਹ ਸਟੂਡੈਂਟ ਜਿਹੜੇ ਸਟੱਡੀ ਵੀਜ਼ਾ ਤੇ ਗਏ ਹਲੇ ਪੱਕੇ ਨਹੀਂ ਹੋਏ ਉਹਨਾਂ ਨੂੰ ਵਾਪਸ ਆਣਾ ਚਾਹੀਦਾ ਵਿਆਹ ਸ਼ਾਦੀ ਦੇ ਵਿੱਚ ਜਾਂ ਫੈਸਟੀਵਲ ਸੀਜ਼ਨ ਦੇ ਵਿੱਚ ਉਹਨਾਂ ਦਾ ਫੋਨ ਆ ਚੁੱਕਿਆ ਜਿਹੜੇ ਜਿਨ੍ਹਾਂ ਦੇ ਵਾਈਫ ਬਾਸਟ੍ਰਕ ਨੇ ਕੈਨੇਡਾ ਦੇ ਵਿੱਚ ਗੱਲ ਕਰ ਲੰਨੇ ਆ ਹਾਂਜੀ ਹਾਂਜੀ ਬਿਲਕੁਲ ਉੱਥੇ ਬੈਂਕ ਦੇ ਵਿੱਚ ਹੀ ਜੌਬ ਕਰ ਰਹੇ ਨੇ ਚਾਰ ਕਿ ਮਹੀਨੇ ਹੋ ਗਏ ਉਹਨਾਂ ਨੂੰ ਇੰਡੀਆ ਰਿਹਾ ਨੂੰ ਸਾਰਾ ਕੁਝ ਪੈਂਡਪ ਕਰਕੇ ਤੇ ਹੁਣ ਸਾਡੇ ਫੈਮਿਲੀ ਫੰਕਸ਼ਨ ਸੀ ਤੇ ਹੋਰ ਵੀ ਅੱਗੇ ਫਿਊਚਰ ਪਲਾਨ ਸੀ ਉਹਨਾਂ ਨੇ ਇੰਡੀਆ ਆਉਣਾ ਸੀ ਹੋਣਾ ਪਰ ਤਾਂ ਜਿਹੜਾ ਆਪਸੀ ਦੋ ਕੰਟਰੀਆਂ ਦਾ ਆਪਸ਼ ਰੌਲਾ ਪਿਆ ਇਹਦੇ ਕਰਕੇ ਉਹਨਾਂ ਨੂੰ ਵੀਜ਼ਾ ਨਹੀਂ ਮਿਲਿਆ ਬਹੁਤ ਛੇ ਗੁੱਸੱਜਲ ਹੋ ਗਏ ਇੱਕ ਦਿਨ ਨੂੰ ਗਏ ਵੀ ਜਿਹੜੀ ਉਸੇ ਦੀ ਲਾਈਨ ਵਗੈਰਾ ਵੀ ਲੱਗਦੀ ਹੈ ਪਰ ਉੱਥੇ ਵੀ ਕਿਲੋਮੀਟਰ ਲੰਮੀ ਲਾਈਨ ਲੱਗੀ ਹੈ ਉਹ ਵੀ ਨਹੀਂ ਅਪਲਾਈ ਕਰਤਾ ਮੈਂ ਇੰਨੇ ਟਾਈਮ ਤੋਂ ਉੱਥੇ ਹਾਂਜੀ ਬਿਲਕੁਲ ਮੈਂ ਦੱਸ ਰਿਹਾ ਉਹੀ ਬਾਕੀ ਫੈਮਿਲੀ ਚਲੋ ਉਧਰ ਹੀ ਹੈ ਉਹਨਾਂ ਨੇ ਪਰਮਾਨੈਂਟਲੀ ਹੁਣ ਇੱਥੇ ਇੰਡੀਆ ਹੀ ਆ ਜਾਣਾ ਸੀ ਜੌਬ ਨੂੰ ਤਾਂ ਛੱਡਿਆ ਛੱਡਿਆ ਤੇ ਪਲੱਸ ਜਾ ਕੇ ਐਕਸਪੈਂਸ ਤਾਂ ਉੱਥੋਂ ਦੇ ਪਈ ਪਈ ਜਾ ਰਹੇ ਨੇ ਖਰਚਾ ਪੈ ਰਿਹਾ ਉਹ ਹੀ ਤੇ ਬਾਕੀ ਜਿਹੜਾ ਮੇਨ ਸਾਡੇ ਫੈਮਿਲੀ ਦੇ ਵਿੱਚ ਮੇਰੇ ਕਜ਼ਨ ਦੀ ਮੈਰਿਜ ਹੈ ਤੇ ਉਹ ਦੋ ਤਿੰਨ ਫੰਕਸ਼ਨ ਸਾਨੂੰ ਹੋਰ ਸੀ ਉਹ اٹینڈ ਕਰਨੇ ਉਹ ਬਹੁਤ ਜ਼ਰੂਰੀ ਸੀ ਬਾਕੀ ਸਾਰੀ ਆਸਟ੍ਰੇਲੀਆ ਤੋਂ ਫੈਮਿਲੀ ਉਹ ਆ ਗਈ ਹੈ ਬਟ ਇਹਦੇ ਕਰਕੇ ਬਹੁਤ ਸਾਨੂੰ ਹੈਰਸਮੈਂਟ ਹੋ ਰਹੀ ਹੈ ਉਮੀਦ ਤੇ ਇਹ ਕੋਈ ਕਹਿੰਦੇ ਹੈਗੇ ਹਫਤੇ ਦੇ ਵਿੱਚ ਵਿੱਚ ਸ਼ਾਇਦ ਕ੍ਰਮ ਸੈੱਟ ਹੋ ਜੇ ਕੁਝ ਵੀ ਹੈ ਪਰ ਇਹ ਹੁੰਦਾ ਨਹੀਂ ਹੁੰਦਾ ਹੈ ਤਾਂ ਹੁਣ ਗਵਰਨਮੈਂਟ ਨੂੰ ਪਤਾ ਕੀ ਹੈ ਇਦਾਂ ਦੇ ਹੀ ਹਾਰਡ ਡਿਸੀਜਨ ਕਿਉਂ ਲੈ ਇਹਨਾਂ ਨੇ ਸਾਡੀ ਦਾ ਸਮਝ ਤੋਂ ਬਾਹਰ ਹੈ ਤਰੀਜ਼ੇ ਨਹੀਂ ਜਿੱਤ ਹੋਣੀਆਂ ਜਦੋਂ ਜਦੋਂ ਬੰਦ ਹੋਇਆ ਹੀ ਹੈ ਹਜੇ ਇੱਕ ਦਿਨ ਪਹਿਲਾਂ ਉਹਨਾਂ ਨੇ ਵੀਜ਼ਾ ਅਪਲਾਈ ਕਰਨਾ ਸੀ ਸੇਮ ਇੱਕ ਦੋ ਦਿਨ ਦਾ ਡਿਫਰੈਂਸ ਪਿਆ ਆ ਜੋ ਆਹਾ ਵਿਆਹ ਚੱਲ ਰਿਹਾ ਉਹ ਤੋਂ ਬਾਅਦ ਉਹਨਾਂ ਨੇ ਜੋ ਉਹਨਾਂ ਦੇ ਕੋਈ ਆਨਲਾਈਨ ਪੋਰਟਲ ਹੈਗੇ ਨੇ ਜੋ ਸਾਈਟ ਹੈ ਉੱਥੇ ਉਹਨਾਂ ਨੂੰ ਕਾਲ ਕੀਤੀ ਉੱਥੇ ਵੀ ਰੈਡ ਕਰਨ ਵਾਲਾ ਬੰਦਾ ਨਹੀਂ ਹੈ ਫਿਰ ਉਹਨਾਂ ਨੇ ਇੱਕ ਰੂਟ ਦੱਸਿਆ ਕਿ ਆਲਟਰਨੇਟ ਦੱਸੀ ਆਪਣੀ OCI ਅਪਲਾਈ ਕਰੋ ਜਿਹਨੂੰ ਉਹ ਟਾਈਮ ਅੱਗੇ ਇੱਕ ਹਫਤਾ ਦੋ ਹਫਤੇ ਲੱਗਦੇ ਸੀ ਉਹ ਚਾਰ ਵੀਕ ਦਾ ਉੱਥੇ OCI ਦਾ ਟਾਈਮ ਦੱਸ ਰਹੇ ਨੇ ਮੈਨੂੰ ਲੱਗਦਾ ਬੰਦੇ ਨੇ ਜੇ ਕੈਨੇਡੀਅਨ ਉਧਰ ਦੀ ਸਿਟੀਜ਼ਨਸ਼ਿਪ ਲੈ ਲਈ ਹੈ ਗਲਤੀ ਕਰ ਲਈ। ਅੱਛਾ ਤੁਹਾਡੇ ਵਾਈਫ ਕੈਨੇਡੀਅਨ ਸਿਟੀਜ਼ਨ ਨੇ ਉਧਰ ਦੇ ਐਨ ਆਰ ਆਹਾਂਜੀ ਹਾਂ ਹਾਂਜੀ ਹਾਂਜੀ ਜਿਹੜੇ ਪੀ ਆਰ ਹੈ ਉਹ ਤਾਂ ਆ ਸਕਦੇ ਨੇ। ਹਮ ਇੰਡੀਅਨ ਪਾਸਪੋਰਟ ਪੀ ਆਰ ਜਿਹੜੇ ਹੈਗੇ ਨੇ ਉਹਨਾਂ ਨੂੰ ਗਵਰਨਮੈਂਟ ਅਲਾਉ ਕਰ ਰਹੀ ਹੈ। ਬਟ ਜਿਹੜੇ ਕੈਨੇਡੀਅਨ ਨੇ ਉਹਨਾਂ ਲਈ ਇਹ ਬਸ ਡਿਫਰੈਂਟ ਸਿਨੈਰੀਓ ਉਮੀਦ ਹੀ ਕਰ ਰਹੇ ਆ ਰੋਜ਼ ਇਸ ਆਫਿਸ ਤੇ ਗੱਲ ਹੁੰਦੀ ਹੈ ਕਿ ਕਦੋਂ ਖੁੱਲ ਸਕਦਾ ਹੈ ਉਹ ਮੈਨੂੰ ਪੁੱਛਦੇ ਨੇ ਮੈਂ ਉਹਨਾਂ ਪੁੱਛਦਾ ਕਦੋਂ ਆਪਣਾ ਮਸਲਾ ਹੱਲ ਹੋ ਜੂਗਾ। ਤੇ ਹੁਣ ਉਮੀਦ ਥੋੜੀ ਜੀ ਹੈਗੀ ਆ ਸ਼ਾਇਦ ਹੀ ਗਵਰਨਮੈਂਟ ਵੱਲੋਂ ਜਿਹੜੀ ਇਹਨਾਂ ਨੇ ਕੈਨੇਡੀਅਨ ਗਵਰਨਮੈਂਟ ਨੇ ਕਿ ਸਾਨੂੰ ਉਧਰ ਸਕਿਉਰਟੀ ਵਗੈਰਾ ਪ੍ਰੋਵਾਈਡ ਕਰ ਦੋ ਸਾਡੇ ਜਿਹਨੇ ਡਿਪਲੋਮੈਟ ਹੈਗੇ ਆ ਤੇ ਅਸੀਂ ਜਿਹੜੀਆਂ ਸਰਵਿਸ ਜੀ ਰੀਜ਼ਿਊਮ ਕਰ ਦਾਂਗੇ ਇਸ ਤੋਂ ਬਾਅਦ ਥੋੜਾ ਜਿਹਾ ਹੌਸਲਾ ਮਿਲਿਆ ਬਟ ਹੁਣ ਹੁੰਦਾ ਨਹੀਂ ਹੁੰਦਾ ਇਹ ਤਾਂ ਇਹ ਸਰਕਾਰਾਂ ਹੀ ਜਾਂਦੀਆਂ ਨੇ ਬਿਲਕੁਲ ਖਰਚਾ ਤਾਂ ਉੱਥੇ ਹੈ ਹੀ ਹੈ ਜੀ ਜੋ ਡੇਲੀ ਬੇਸਿਸ ਦੇ ਖਰਚੇ ਹੋਣੇ ਆ ਆਪਣੇ ਉਥੋਂ ਦੀ ਇੰਸ਼ੋਰੈਂਸ ਹੋ ਗਈਆਂ ਕਾਰ ਦੀਆਂ ਫੋਨਾਂ ਦੇ ਹੋਗੇ ਆਪਣੇ ਬੰਦੇ ਦੀ ਹੈਲਥ ਇੰਸ਼ੋਰੈਂਸ ਹੋ ਗਈ ਕਾਰ ਦੀ ਇੰਸ਼ੋਰੈਂਸ ਹੋ ਗਈ ਬੇਸੀ ਖਰਚੇ ਹੈਗੇ ਹੈਗੇ ਨੇ ਨਾ ਨਾ ਕਰਦੇ ਨਹੀਂ ਕੋਈ 1000 ਡਾਲਰ ਦਾ ਤਾਂ ਖਰਚਾ ਵੈਸੇ ਹੀ ਹੁੰਦਾ ਜੇ ਬੰਦਾ ਘਰੇ ਬੈਠਾ ਜਾਂ ਕੰਮ ਤੇ ਜਾ ਰਿਹਾ ਇਹ ਤਾਂ ਖਰਚਾ ਹੋਣਾ ਹੀ ਹੋਣਾ ਮਿਨੀਮਮ ਇੱਕ ਕੰਮ ਦੀ ਪੋਜੀਸ਼ਨ ਇੰਨਾ ਬਹੁਤ ਮੁਸ਼ਕਿਲ ਨਾਲ ਤਾਂ ਜੋਬਾਂ ਮਿਲਦੀਆਂ ਆਲਰੇਡੀ ਕੈਨੇਡਾ ਪਹਿਲੇ ਥੋੜਾ ਜਿਹਾ ਬੁਰਾ ਹਾਲ ਹੈ ਸੈਸ਼ਨ ਦਾ ਟਾਈਮ ਚੱਲ ਰਿਹਾ ਹੈ ਹਾਂਜੀ ਹਾਂਜੀ ਚੂਸ ਟਾਈਮ ਦੇ ਵਿੱਚ ਜੋਬ ਛੱਡਣੀ ਇੱਕ ਤੇ ਉੱਪਰੋਂ ਇਦਾਂ ਦਾ ਕੰਮ ਹੋ ਜਾਣਾ ਤੇ ਔਖਾ ਸਰਵਾਈਵ ਕਰਨਾ ਬਾਕੀ ਟੈਕਸੈਂਟ ਲਈ ਮਦਰਨ ਦੇ ਲਈ ਫੋਨ ਲਾਈਨ ਤੇ ਠੀਕ ਹੈ ਥੈਂਕ ਯੂ ਜੀ ਇਹਨਾਂ ਦੀ ਵਾਈਫ ਜਿਹੜੇ ਨੇ ਕੈਨੇਡਾ ਦੇ ਵਿੱਚ ਸਟਕ ਨੇ ਹਜ਼ਾਰਾਂ ਡਾਲਰ ਕਹਿ ਰਿਹਾ ਕਿ ਐਕਸਪੈਂਸ ਪੈ ਰਹੇ ਆ ਰੈਸੈਸ਼ਨ ਕੈਨੇਡਾ ਦੇ ਵਿੱਚ ਚੱਲ ਰਿਹਾ ਸੀਗਾ ਉਹਦੇ ਵਿੱਚ ਜੋਬ ਛੱਡਣਾ ਸਾਰੀਆਂ ਚੀਜ਼ਾਂ ਸੇਲ ਆਊਟ ਕਰ ਦੇਣਾ ਉਸ ਤੋਂ ਬਾਅਦ ਇਧਰ ਫੈਮਿਲੀ ਫੰਕਸ਼ਨਸ ਕਹਿ ਰਹੇ ਕਿ ਫਿਊਚਰ ਵੀ ਪਲਾਨ ਕਰਨਾ ਸੀ ਕੁਝ ਚੀਜ਼ਾਂ ਸੀਗੀਆਂ ਫਿਰ ਸਟਕ ਹੋ ਜਾਣਾ ਆਖਰ ਲੱਗਦਾ ਨਹੀਂ ਕਿ ਪੰਜਾਬੀਆਂ ਨੂੰ ਕਾਫੀ ਜਿਹੜਾ ਇਹਦਾ ਖਾਮਿਆza ਭੁਗਤਣਾ ਪੈ ਰਿਹਾ ਬਿਲਕੁਲ ਭੁਗਤਣਾ ਪੈ ਰਿਹਾ ਜੀ ਪੈਸੇ ਨਾਲੋਂ ਜ਼ਿਆਦਾ ਜੀ इमोਸ਼ਨ ਕਿਸੇ ਦੀ ਮਾਂ ਬਿਮਾਰ ਹੈ ਇੱਧਰ ਜਾਂ ਕਿਸੇ ਦਾ ਬਾਪ ਜਾਂ ਕਿਸੇ ਨੂੰ ਹੂਰ ਕੋਈ ਆਦਾ ਨਿੱਜੀ ਕੰਮ ਹੈ ਤਾਂ ਉਹ ਨਹੀਂ ਕਰ ਸਕਦੇ ਤੁਸੀਂ ਫਿਰ ਅੱਗੇ ਕੋਈ ਇਦਾਂ ਦੀ ਹੋਪ ਜਾਂ ਇਦਾਂ ਦੀ ਉਮੀਦ ਬਾਰੇ ਕੁਝ ਸਰਟਨ ਟਾਈਮ ਜਾਂ ਕੋਈ ਟਾਈਮ ਫਰੇਮ ਦਾ ਪਤਾ ਨਹੀਂ ਕਿਸੇ ਨੂੰ ਤਾਂ ਉਹ ਜਿਹੜੀ ਅਨਿਸ਼ਚਿਤਤਾ ਬਣੀ ਹੋਈ ਹੈ ਇਹ ਇੱਕ ਬਹੁਤ ਵੱਡਾ ਜਿਹੜਾ ਹੈਗਾ ਚਿੰਤਾ ਦਾ ਵਿਸ਼ਾ ਹੈ ਅੱਜ ਕੱਲ ਨੌਜਵਾਨੀ ਤਾਂ ਪੰਜਾਬ ਛੱਡਣ ਨੂੰ ਤਿਆਰ ਹੈ ਕਹਰੇ ਕਿ ਸਾਨੂੰ ਇੱਕ ਵਾਰ ਵੀਜ਼ਾ ਤਾਂ ਮਿਲੇ ਪਰ ਉਹ ਕੈਨੇਡਾ ਛੱਡ ਕੇ ਪੰਜਾਬ ਵਸ ਰਹੇ ਸੀਗੇ ਫਿਰ ਵੀ ਸਟਕ ਹੋ ਗਏ ਹਾਂ ਬਿਲਕੁਲ ਜੀ ਇੱਕ ਵਕਰੀ ਚੀਜ਼ ਦੇਖਣ ਨੂੰ ਮਿਲੀ ਹੈ ਇਸ ਸਰਕਾਰ ਦੁਆਰਾ ਬਟ ਚਲੋ ਅਸੀਂ ਤਾਂ ਆਪਣੇ ਦੇਸ਼ ਦੇ ਨਾਲ ਹੈ ਜੀ ਤੇ ਹਰ ਇੱਕ ਗੱਲ ਦੇ ਵਿੱਚ ਹਮੇਸ਼ਾ ਪੰਜਾਬੀਆਂ ਨੇ ਜਿਹੜਾ ਹੈਗਾ ਦੇਸ਼ ਦਾ ਸਾਥ ਦਿੱਤਾ ਹੈ ਇਹ ਆਪਣਾ ਧਰਮ ਬਣਦਾ ਤੇ ਆਪਣਾ ਫਰਜ਼ ਵੀ ਹੈ ਦੇਸ਼ ਲਈ ਖੜਨਾ ਬਟ ਇਹ ਦੇਖੋ ਕਈ ਵਾਰ ਕੀ ਹੁੰਦਾ ਕਿ ਦੇਸ਼ ਦੇ ਬਹੁਤ ਵੱਡੇ ਫਾਇਦੇ ਲਈ ਇਦਾਂ ਦੀਆਂ ਛੋਟੀਆਂ-ਛੋਟੀਆਂ ਜਿਹੜੇ ਹੈਗੇ ਨੁਕਸਾਨ ਆਪਾਂ ਨੂੰ ਭੁਗਤਨੇ ਪੈਂਦੇ ਐ ਬਟ ਸਰਕਾਰਾਂ ਤੋਂ ਅਸੀਂ ਉਮੀਦ ਇਹੀ ਕਰਦੇ ਆ ਕਿ ਇਹ ਜਲਦ ਤੋਂ ਜਲ ਜਿਹੜਾ ਹੈਗਾ ਮਸਲਾ ਹੱਲ ਹੋਣਾ ਚਾਹੀਦਾ ਕਿਉਂਕਿ ਇਹ 5 ਵਾਈਜ਼ ਦਾ ਆਪਾਂ ਪੇਪਰ ਨਿਊਜ਼ਪੇਪਰ 'ਚ ਪੜਿਆ ਕਿ ਉਹਨਾਂ ਨੇ ਵੀ ਜ਼ਿਕਰ ਕੀਤਾ ਹੈ ਕਿ ਇਹ ਜਿਹੜਾ ਹੈ ਮਸਲੇ ਨੂੰ ਭਾਰਤ ਨੂੰ ਆਪਸੀ ਤਾਲਮੇਲ ਬਿਠਾ ਕੇ ਜਲਦ ਤੋਂ ਜਲ ਜਲਦ ਹੈਗਾ ਜਿਹੜਾ ਹੱਲ ਕਰਨਾ ਚਾਹੀਦਾ ਆਖਰੀ ਸਵਾਲ ਹੈ ਮੇਰਾ ਕਿਉਂਕਿ ਸਵਾਲ ਵਿੱਚ ਰਹਿ ਗਿਆ ਸੀ ਫੈਸਟੀਵਲ ਸੀਜ਼ਨ ਹੈਗਾ ਵੈਡਿੰਗ ਸੀਜ਼ਨ ਹੈਗਾ ਟੂਰਿਸਟ ਵੀਜ਼ਾ ਤੇ ਔਰ ਨਾਲ-ਨਾਲ ਜਿਹੜੇ ਸਟੱਡੀ ਵੀਜ਼ਾ ਦੇ ਖਾਸ ਕਰਕੇ ਮੈਂ ਗੱਲ ਕਰਨਾ ਚਾਹੂੰਗਾ ਜਿਹੜੇ ਸਟੂਡੈਂਟ ਬਾਹਰ ਗਏ ਨੇ ਕੈਨੇਡਾ ਦੇ ਵਿੱਚ ਉਹਨਾਂ ਨੂੰ ਆਣਾ ਚਾਹੀਦਾ ਹੈ ਵੈਡਿੰਗ ਸੀਜ਼ਨ ਦੇ ਵਿੱਚ ਫੈਸਟੀਵਲ ਸੀਜ਼ਨ ਦੇ ਵਿੱਚ ਦੇਖੋ ਜੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਜਿਹੜੇ ਵੀ ਲੋਕ ਆਣਾ ਚਾਹੁੰਦੇ ਜਿਨ੍ਹਾਂ ਕੋਲ ਵੀਜ਼ਾਸ ਹੈਗੇ ਨੇ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਕੋਈ ਰੋਕ ਨਹੀਂ ਹੈ ਉਹਨਾਂ ਨੂੰ ਕੋਈ ਰੋਕ ਨਹੀਂ ਹੈ ਜਿਹੜੇ ਇੰਡੀਆ ਤੋਂ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਉਹਨਾਂ ਨੂੰ ਕੋਈ ਰੋਕ ਨਹੀਂ ਹੈ ਤੇ ਇਹਨੂੰ ਜਿਆਦਾ ਇਹਦੇ ਵਿੱਚ ਪੈਨਿਕ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਡਿਪਲੋਮੈਟਿਕ ਰਿਲੇਸ਼ਨ ਭਾਰਤ ਵੀ ਕੈਨੇਡਾ ਨਾਲ ਖਰਾਬ ਨਹੀਂ ਕਰਨੇ ਚਾਹੁੰਦਾ ਚਲੋ ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਇਸ਼ੂਜ਼ ਹੋ ਜਾਂਦੇ ਨੇ ਜਾਂ ਇਹਦੇ ਪਿੱਛੇ ਕੋਈ ਪੋਲਿਟੀਕਲ ਰੀਜ਼ਨ ਜਾਂ ਕੋਈ ਹੋਰ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ। ਬਟ ਮੈਨੂੰ ਉਮੀਦ ਹੈ ਕਿ ਇਸ ਰਿਸ਼ਤੇ ਨੂੰ ਲੈ ਕੇ ਭਾਰਤ ਵੀ ਗੰਭੀਰ ਹੈ ਤੇ ਕੈਨੇਡਾ ਵੀ ਇਹ ਜਲਦ ਤੋਂ ਜਲਦ ਜਿਹੜਾ ਹੈਗਾ ਇਹਨੂੰ ਹੱਲ ਕਰਕੇ ਲੋਕਾਂ ਨੂੰ ਜਿਹੜਾ ਹੈਗਾ ਇਹ ਆਉਣ ਜਾਣਾ ਜਿਹੜਾ ਹੈਗਾ ਸ਼ੁਰੂ ਹੋ ਜਾਣਾ ਚਾਹੀਦਾ। ਪਤਾ ਨਹੀਂ ਕਿ ਕਾਫੀ ਇਸ ਟਾਈਮ ਤੱਕ ਪੰਜਾਬ ਦੀ ਖਾਸ ਕਰ ਗੱਲ ਕਰੀਏ ਤਾਂ ਬਹੁਤ ਵੱਡਾ ਇੱਕ ਕਹਿ ਸਕਦਾ ਕਿ ਇੱਕਠ ਕੈਨੇਡਾ ਤੋਂ ਪੰਜਾਬ ਦੇ ਵਿੱਚ ਆਂਦਾ ਹੈ। ਵੈਡਿੰਗ ਸੀਜ਼ਨ ਦੇ ਲਈ ਜਾਂ ਉਸ ਉਸ ਕਰਕੇ ਵੀ ਕਾਫੀ ਕਾਟਾ ਹੋ ਸਕਦਾ ਹੈ। ਦੇਖੋ ਐਨ ਆਰ ਆਈਸ ਲਈ ਆ ਜਿਹੜੀਆਂ ਸਰਦੀਆਂ ਦਾ ਸੀਜ਼ਨ ਆ ਆਪਾਂ ਕਹਿ ਲਈਏ ਨਵੰਬਰ ਤੋਂ ਲੈ ਕੇ ਮਾਰਚ ਤੱਕ ਹਮੇਸ਼ਾ ਇਹ 5 ਮਹੀਨੇ ਜਿਹੜੇ ਹੈਗੇ ਆ ਉਹ ਚਾਹੇ ਯੂਰਪ ਦੇ ਦੇਸ਼ ਹੋਣ ਕੈਨੇਡਾ ਹੋਵੇ ਕੋਈ ਵੀ ਪੂਰੇ ਜਿਹੜੀ ਦੁਨੀਆ ਤੋਂ ਲੋਕ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਆਉਂਦੇ ਕਿਉਂਕਿ ਵੈਦਰ ਬਹੁਤ ਅੱਛਾ ਹੁੰਦਾ ਹੈ ਦੂਸਰਾ ਕਈਆਂ ਨੂੰ ਇਹ ਹੁੰਦਾ ਕਿ ਜਦੋਂ ਭਾਰਤ ਜਾਣਾ ਤਾਂ ਗਰਮੀ ਦੇ ਵਿੱਚ ਥੋੜਾ ਰਹਿਣਾ ਤੁਰਨਾ ਫਿਰਨਾ ਮੁਸ਼ਕਲ ਹੁੰਦਾ ਤੇ ਆ ਇੱਕ ਬਹੁਤ ਸੁਹਾਵਣਾ ਮੌਸਮ ਹੈ ਦੂਸਰਾ ਵਿਆਹ ਸ਼ਾਦੀਆਂ ਤਾਂ ਇਹ ਬਹੁਤ ਸਾਰੇ ਜਿਹੜੇ ਰੀਜ਼ਨ ਐ ਕਿ ਸਰਦੀ ਦੇ ਵਿੱਚ ਜਿਹੜਾ ਇੱਥੇ ਬਹੁਤ ਵੱਡਾ ਹਿਊਜ਼ ਜਿਹੜੇ ਹੈਗੇ ਆ ਲੋਕ ਆ ਕੇ ਇੱਥੇ ਪੰਜਾਬ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੋਸਤਾਂ ਨੂੰ ਆ ਕੇ ਮਿਲਦੇ ਐ ਜੋ ਸ਼ਾਇਦ ਉਨੇ ਲੋਗ ਇਸ ਵਾਰ ਨਾ ਦੇਖਣ ਨੂੰ ਮਿਲਦਾ ਜੇਕਰ ਨਹੀਂ ਲੱਗਦਾ ਨਹੀਂ ਕਿ ਪੰਜਾਬ ਦੇ ਰੈਵਨਿਊ ਤੇ ਵੀ ਅਸਰ ਪੈ ਸਕਦਾ ਕਿਉਂਕਿ ਐਨ ਆਰ ਆਈ ਜਾਂਦੇ ਸੀਗੇ ਸ਼ਾਪਿੰਗਾਂ ਕਰਦੇ ਸੀਗੇ ਹਰ ਇੱਕ ਚੀਜ਼ ਦੀ ਸ਼ਾਪਿੰਗ ਕਰਦੇ ਸੀਗੇ ਵੈਡਿੰਗ ਸੀਜ਼ਨ ਦੇ ਵਿੱਚ ਅਲੱਗ ਕਰਦੇ ਸੀਗੇ ਫੈਸਟੀਵਲ ਸੀਜ਼ਨ ਆ ਰਿਹਾ ਉਹਦੀ ਸ਼ਾਪਿੰਗ ਅਲੱਗ ਕਰਦੇ ਸੀਗੇ ਤੇ ਇਹਦਾ ਪੰਜਾਬ ਦੇ ਰੈਵਨਿਊ ਤੇ ਵੀ ਅਸਰ ਦੇਖਣ ਨੂੰ ਦੇਖੋ ਇਹ ਤਾਂ ਸਿੱਧਾ ਸਿੱਧਾ ਹੀ ਦਿਖ ਰਿਹਾ ਜੀ ਇਕਨੋਮੀ ਤੇ ਅਸਰ ਪਏਗਾ ਕਿਉਂਕਿ ਦੇਖੋ ਕਿੰਨੇ ਕਿੰਨੇ ਵੱਡੇ ਪੈਲਸ ਦੇ ਜਿਹੜੇ ਹੈਗੇ ਵਿਆਹ ਸ਼ਾਦੀਆਂ ਬੁੱਕ ਸੀਗੇ ਉਹ ਕੈਂਸਲ ਹੋ ਰਹੀਆਂ ਨੇ ਡੇਟਸ ਤਾਂ ਜਦੋਂ ਐਨਆਰਆਈ ਬਾਹਰੋਂ ਆਉਂਦਾ ਇੱਥੇ ਡਾਲਰ ਲੈ ਕੇ ਆਉਂਦਾ ਖਰਚਦਾ ਤਾਂ ਸਾਡੀਆਂ ਦੁਕਾਨਦਾਰ ਜਿਹੜੇ ਹੋਰ ਛੋਟੇ ਮੋਟੇ ਕਾਰੋਬਾਰੀ ਜਿਹੜੇ ਹੈਗੇ ਇਹਦੇ ਤੋਂ ਜਿਹੜਾ ਬੈਨੀਫਿਟ ਹੋਣਾ ਸੀ ਉਹ ਨਹੀਂ ਹੋਏਗਾ ਤੇ ਦੂਸਰੀਆਂ ਗੱਲਾਂ ਇਹ ਨੇ ਜਿਹੜੇ ਵਿਆਹ ਸ਼ਾਦੀਆਂ ਨੇ ਉਹ ਤਾਂ ਇੱਕ ਖਰਚੇ ਦਾ ਘਰ ਹੈ ਜਦੋਂ ਲੋਕਾਂ ਨੇ ਕਰੋੜਾ ਰੁਪਇਆ ਖਰਚਣਾ ਸੀ ਉਹ ਨਹੀਂ ਖਰਚਿਆ ਜਾਏਗਾ ਤਾਂ ਕੁਦਰਤੀ ਗੱਲ ਹੈ ਜੀ ਇਹਦਾ ਜਿਹੜਾ ਹੈਗਾ ਵਪਾਰ ਤੇ ਅਸਰ ਪਏਗਾ ਬਹੁਤ ਬਹੁਤ ਧੰਨਵਾਦ ਤੇ ਹਰਪ੍ਰੀਤ ਜੀ ਸਾਡੇ ਨਾਲ ਸੀਗੇ ਵਪਾਰ ਤੇ ਕਰੇ ਕਾਫੀ ਅਸਰ ਪੈਣ ਵਾਲਾ ਕਿਉਂਕਿ ਛੋਟੇ ਦੁਕਾਨਦਾਰ ਤੋਂ ਲੈ ਕੇ ਵੱਡੇ ਸ਼ੋਰੂਮਾਂ ਤੱਕ ਇਸ ਸਮੇਂ ਵੈਡਿੰਗ ਸੀਜ਼ਨ ਦੀ ਉਡੀਕ ਕਰਦੇ ਆ ਪੂਰੇ ਸਾਲ ਭਰ ਦੇ ਵਿੱਚ ਕਿ ਉਹਨਾਂ ਵੱਲੋਂ ਵੀ ਉਡੀਕ ਕੀਤੀ ਜਾਂਦੀ ਹੈ ਕਿ ਐਨ ਆਰ ਆਈs ਆਣਗੇ ਸ਼ੋਪਿੰਗਾਂ ਕਰਨਗੇ ਪਰ ਜਿਹੜੇ ਵੀ ਕੈਨੇਡਾ ਸਿਟੀਜ਼ਨ ਨੇ ਇਸ ਵਾਰੀ ਬਹੁਤ ਘੱਟ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੇ ਖਾਸ ਕਰ ਪਰ ਦੇਖਣਾ ਇਹ ਹੋਵੇਗਾ ਕਿ ਕਦੋਂ ਭਾਰਤ ਤੇ ਕੈਨੇਡਾ ਵਿਚਕਾਰ ਵਿਵਾਦ ਜਿਹੜਾ ਘੱਟ ਹੁੰਦਾ ਕਦੋਂ ਉੱਧਰ ਦੇ ਕੈਨੇਡੀਅਨ ਸਿਟੀਜ਼ਨ ਜਿਹੜੇ ਨੇ ਖਾਸ ਕਰਕੇ ਪੰਜਾਬ ਦੇ ਵਿਚ ਆਣਗੇ ਆਪਣੇ ਪਰਿਵਾਰਾਂ ਨੂੰ ਮਿਲਣਗੇ ਪਰਿਵਾਰਾਂ ਨਾਲ ਫੈਸਟੀਵਲ ਮਨਾਣਗੇ ਜਾਂ ਫਿਰ ਵਿਆਹ ਸ਼ਾਦੀਆਂ ਦੇ ਵਿਚ ਆਣਗੇ ਇਹ ਤਮਾਮ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ ਪਬਲਿਜਨਲਿਸਟ ਹਰਵਿੰਦਰ ਦੇ ਨਾਲ ਦ ਫੈਕਟ نیوز ਮੁਹਾਲੀ